ਕਿ ਮੈਂ ਸਮਾਲ ਸੈਟ ਤੋਂ ਬਿਲੋਂਗ ਕਰਦੀ ਹਾਂ ਮੈਂ ਜੀਐਨਐਮ ਨਰਸਿੰਗ ਕੀਤੀ ਹੋਈ ਹੈ ਅਤੇ ਉਸ ਤੋਂ ਬਾਅਦ ਵਿੱਚ ਮੈਂ ਆਈਲੈਟਸ ਕੀਤਾ ਆਈਲੈਟਸ ਕਰਨ ਤੋਂ ਬਾਅਦ ਮੇਰੇ ਸਿਕਸ ਓਵਰਆਲ ਸਿਕਸ ਬੈਂਡ ਨੋਟ ਲੈਸ ਦੈਨ 5.5 ਸਕੋਰਸ ਹਨ ਅਤੇ ਮੈਂ ਬਹੁਤ ਜ਼ਿਆਦਾ ਨਰਵਸ ਸੀ ਕਿਉਂਕਿ ਮੈਨੂੰ ਮੋਸਟਲੀ ਆਲ ਦਾ ਕੰਸਲਟੈਂਟ ਟੋਲਡ ਮੀ ਦੈਟ ਮੇਰਾ ਵੀਜ਼ਾ ਨਹੀਂ ਲੱਗੇਗਾ ਪਰ ਮੈਂ ਜਦੋਂ ਡੈਫੋਡਿਲਸ ਮੋਗਾ ਦੇ ਵਿੱਚ ਆਈ ਅਤੇ ਮੈਨੂੰ ਇੱਥੋਂ ਦੇ ਸਟਾਫ ਨੇ ਦੱਸਿਆ ਕਿ ਐਵਰਗ੍ਰੀਨ ਕਾਲਜ ਮੈਨੂੰ ਵੀਜ਼ਾ ਦੇ ਸਕਦਾ ਹੈ ਅਤੇ ਇਹਨਾਂ ਨੇ ਮੇਰੀ ਫਾਈਲ ਐਵਰਗ੍ਰੀਨ ਕਾਲਜ ਲਈ ਲਗਾਈ ਅਤੇ ਇਸ ਤੋਂ ਬਾਅਦ ਇਹਨਾਂ ਨੇ ਸਟੇਟਮੈਂਟ ਆਫ ਪਰਪਸ ਬਣਾਇਆ ਜਿਸ ਦੀ ਵਜ੍ਹਾ ਕਾਰਨ ਐਵਰਗ੍ਰੀਨ ਕਾਲਜ ਨੇ ਮੈਨੂੰ ਵੀਜ਼ਾ ਦਿੱਤਾ ਪਰ ਇਸ ਤੋਂ ਪਹਿਲਾਂ ਮੈਂ ਬਹੁਤ ਜ਼ਿਆਦਾ ਨਰਵਸ ਸੀ ਕਿਉਂਕਿ ਮੈਨੂੰ ਕੁਛ ਲੋਕਾਂ ਨੇ ਅਤੇ ਕੁਛ ਕੰਸਲਟੈਂਟ ਨੇ ਇਹ ਕਿਹਾ ਸੀ ਕਿ ਐਵਰਗ੍ਰੀਨ ਕਾਲਜ ਜਿਹੜਾ ਇਹੋ ਜਿਹਾ ਪ੍ਰਾਈਵੇਟ ਕਾਲਜ ਹੈ ਜਿਹੜਾ ਵੀਜ਼ਾ ਨਹੀਂ ਦਿੰਦਾ ਅਤੇ ਪਰ ਡੈਫੋਡਿਲਸ ਮੋਗਾ ਨੇ ਇਹ ਮੈਨੂੰ ਕਰਕੇ ਦਿਖਾਇਆ ਅਤੇ ਮੈਨੂੰ ਐਵਰਗ੍ਰੀਨ ਕਾਲਜ ਦਾ ਵੀਜ਼ਾ ਦਵਾਇਆ ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਹਾਂ।